ਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਿੱਧੂ ਮੂਸੇਵਾਲੇ ਨਾਲ ਜੁੜੀ ਹੋਈ ਇੱਕ ਹੋਰ ਨਵੀਂ ਅਪਡੇਟ ਦੇ ਵਿੱਚ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਿੱਧੂ ਮੂਸੇਵਾਲਾ ਅਤੇ ਪੰਜਾਬੀ ਇੰਡਸਟਰੀ ਲਈ ਹਰ ਲੇਟੈਸਟ ਅਪਡੇਟ ਲਈ ਸਾਡੇ ਚੈਨਲ ਯਾਨੀ ਕਿ ਰਾਜਪੂਤ ਪ੍ਰੋਡਕਸ਼ਨ ਹੈ, ਉਸ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਅਪਡੇਟ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਤਾਂ ਦੋਸਤੋ, ਬਿਨਾਂ ਟਾਈਮ ਵੇਸਟ ਕੀਤੇ ਕਰਦੇ ਆਪਾਂ ਵੀਡੀਓ ਸਟਾਰਟ। ਤਾਂ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਸਿੱਧੂ ਮੂਸੇਵਾਲੇ ਦਾ ਗਾਣੇ ਦਾ ਨਾਮ ਐਲ ਚੈਪੋ ਲੀਕ ਹੋ ਗਿਆ ਸੀ ਅਤੇ ਇਹ ਗਾਣੇ ਲੀਕ ਹੋਣ ਦਾ ਜਿੰਮਾ ਜੋਗੀ ਸੀ ਉਹ ਕਨਵਰ ਗਰੇਵਾਲ 'ਤੇ ਲਗਾਇਆ ਗਿਆ ਸੀ, ਕਿਉਂਕਿ ਇਹ ਗਾਣਾ ਸਿੱਧੂ ਦੀ ਮਾਫੀਆ 47 ਨਾਮ ਦੀ ਐਲਬਮ ਦੇ ਵਿੱਚ ਹੋਣਾ ਸੀ। ਤਾਂ ਦੋਸਤੋ, ਕਈ ਗਾਣੇ ਲੀਕ ਹੋਏ ਸੀ ਅਤੇ ਐਲ ਚੈਪੋ ਗਾਣਾ ਵੀ ਉਹਨਾਂ ਵਿੱਚੋਂ ਇੱਕ ਸੀ। ਤਾਂ ਦੋਸਤੋ, ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਇਹ ਵੀ ਲੈਣਾ ਕਹੀਆਂ ਸੀ ਕਿ ਸੁਣ ਕੇ ਭੁੱਲ ਜਾਏਗੀ ਤੂੰ ਰਾਏਕੋਟ 'ਤੇ ਬੈਠਾ ਤੇ, ਅਤੇ ਇਸ ਤੋਂ ਬਾਅਦ ਵਿਵਾਦ ਵੀ ਛਿੜ ਗਿਆ ਸੀ। ਅਤੇ ਉਸ ਤੋਂ ਬਾਅਦ 'ਚ ਸਿੱਧੂ ਮੂਸੇਵਾਲੇ ਦਾ ਇਸ ਉੱਪਰ ਇਹ ਵੀ ਗੱਲ ਆਈ ਸੀ ਕਿ ਉਹਨਾਂ ਨੇ ਇਹ ਗਾਣਾ ਬਹੁਤ ਪਹਿਲਾਂ ਲਿਖਿਆ ਸੀ। ਅਤੇ ਦੋਸਤੋ, ਹੁਣ ਅਪਡੇਟਾਂ ਇਹ ਆ ਰਹੀਆਂ ਨੇ ਕਿ ਹੁਣ ਇਹ ਗਾਣਾ ਅਫੀਸ਼ੀਅਲ ਰਿਲੀਜ਼ ਵੀ ਹੋ ਸਕਦਾ ਹੈ। ਦੋਸਤੋ, ਐਲ ਚੈਪੋ ਗਾਣੇ ਨੂੰ ਦਰਸ਼ਕਾਂ ਵੱਲੋਂ ਤਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ ਅਤੇ ਇਹ ਆਟੋ ਜਨਰੇਟਡ ਯੂਟਿਊਬ ਉੱਪਰ ਵੀ ਇਸ ਨੂੰ 2 ਤੋਂ ਜ਼ਿਆਦਾ ਮਿਲੀਅਨ ਵਿਊਜ਼ ਹੋ ਗਏ ਸੀ। ਤਾਂ ਦੋਸਤੋ, ਗਾਣਾ ਵੀ ਬਹੁਤ ਵਧੀਆ ਹੈ ਅਤੇ ਹੁਣ ਬਹੁਤ ਜਲਦੀ ਤੁਹਾਨੂੰ ਸਾਰਿਆਂ ਨੂੰ ਇਹ ਗਾਣਾ ਵੀ ਦੇਖਣ ਨੂੰ ਜ਼ਰੂਰ ਮਿਲੇਗਾ। ਤਾਂ ਦੋਸਤੋ, ਸਿੱਧੂ ਮੂਸੇਵਾਲੇ ਦੇ ਗਾਣੇ ਤਾਂ ਬਹੁਤ ਤਿਆਰ ਹੋ ਗਏ ਨੇ, ਹੁਣ ਇੱਕ ਇੱਕ ਕਰਕੇ ਸਾਨੂੰ ਹੁਣ ਇਹ ਸਾਰੇ ਗਾਣੇ ਦੇਖਣ ਨੂੰ ਵੀ ਜ਼ਰੂਰ ਮਿਲਣਗੇ। ਤਾਂ ਦੋਸਤੋ, ਇੱਥੇ ਹੀ ਐਂਡ ਕਰਦੇ ਆਪਾਂ ਵੀਡੀਓ ਦਾ, ਅਤੇ ਜੇਕਰ ਵੀ ਤੁਸੀਂ ਸਿੱਧੂ ਮੂਸੇਵਾਲੇ ਜਾਂ ਪੰਜਾਬੀ ਇੰਡਸਟਰੀ ਦੀ ਹਰ ਲੇਟੈਸਟ ਅਪਡੇਟ ਨੂੰ ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਅਤੇ ਧੰਨਵਾਦ ਵੀਡੀਓ ਦੇਖਣ ਦੇ ਲਈ, ਫਿਰ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।